ਅੱਜ ਅਸੀਂ ਤੁਹਾਨੂੰ ਇੰਟਰੋਡਿਊਸ ਕਰਾਉਣ ਜਾ ਰਹੇ ਹਾਂ ਗੁਰਸ਼ਾਨ ਸਿੰਘ ਸੰਧੂ ਨਾਲ। ਓਵਰਆਲ 78 ਸਕੋਰ ਆਏ ਆ, ਬੱਚੇ ਨੇ ਪਹਿਲਾਂ ਵੀ ਇਗਜ਼ਾਮ ਦਿੱਤਾ ਸੀ, ਸਕੋਰ ਘੱਟ ਸੀਗੇ। ਆਪਾਂ ਇੱਕ ਤਾਂ ਕੰਪੈਰੀਜ਼ਨ ਜਾਣਦੇ ਹੈਗੇ ਹਾਂ ਕੀ ਰੀਜ਼ਨ ਰਿਹਾ, ਪਹਿਲਾਂ ਸਕੋਰ ਘੱਟ ਸੀ, ਇਸ ਵਾਰੀ ਜ਼ਿਆਦਾ ਆ। ਐਂਡ ਇੱਕ ਮੈਂ ਚਾਹੁੰਦੀ ਹਾਂ ਕਿ ਸਟੂਡੈਂਟ ਤੁਹਾਡੇ ਨਾਲ ਇਗਜ਼ਾਮ ਐਕਸਪੀਰੀਅੰਸ ਸ਼ੇਅਰ ਕਰੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਉਹ ਬੱਚੇ ਜਿਹੜੇ ਪੀਟੀ ਦੀ ਪ੍ਰੈਕਟਿਸ ਕਰ ਰਹੇ ਹੈਗੇ ਆ, ਪੀਟੀ ਦੇ ਇਗਜ਼ਾਮ ਜਲਦ ਦੇਣ ਵਾਲੇ ਆ, ਕਿ ਉਹ ਚੀਜ਼ਾਂ ਦਾ ਧਿਆਨ ਰੱਖ ਕੇ ਉਹ ਵੀ ਆਪਣੇ ਪੀਟੀ ਦੇ ਇਗਜ਼ਾਮ ਦੇ ਵਿੱਚ ਵਧੀਆ ਸਕੋਰ ਅਚੀਵ ਕਰ ਸਕਣ। ਹਾਂਜੀ ਮੈਡਮ, ਜਦੋਂ ਮੈਂ ਪਹਿਲੀ ਵਾਰੀ ਇਗਜ਼ਾਮ ਦਿੱਤਾ ਮੈਂ ਥੋੜ੍ਹਾ ਜਿਹਾ ਨਰਵਸ ਸੀ, ਅਤੇ ਮੈਨੂੰ ਇੰਪੋਰਟੈਂਟ ਟੋਪਿਕਸ ਬਾਰੇ ਪਤਾ ਨਹੀਂ ਸੀ ਵੀ ਕਿਹਦੀ ਵੇਟੇਜ ਜ਼ਿਆਦਾ ਆ, ਅਤੇ ਜਦੋਂ ਮੈਂ ਫਿਰ ਪੀਟੀ ਵੀਜ਼ਾ ਵਿੱਚ ਜੁਆਇਨ ਕੀਤਾ ਮਤਲਬ ਕਾਫੀ ਪਤਾ ਲੱਗਿਆ ਵੀ ਕਿਹੜੇ ਟੋਪਿਕ ਆਪਾਂ ਨੂੰ ਜ਼ਿਆਦਾ ਪ੍ਰਿਪੇਅਰ ਕਰਨੇ ਚਾਹੀਦੇ, ਜਿਨ੍ਹਾਂ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ। ਫਿਰ ਮੈਂ ਉਹਨਾਂ 'ਤੇ ਪ੍ਰੈਕਟਿਸ ਕੀਤੀ ਅਤੇ ਪ੍ਰੈਕਟਿਸ ਥੋੜ੍ਹੀ ਹਾਰਡ ਕੀਤੀ, ਪ੍ਰੈਡਿਕਸ਼ਨ ਕੀਤੀ ਜਿਹੜੇ ਪਹਿਲਾਂ ਪੇਪਰ 'ਚ ਆ ਰਹੇ ਆ ਕੁਸ਼ਚਨਸ ਉਹਨਾਂ 'ਤੇ ਕੀਤਾ, ਅਤੇ ਉਹਨਾਂ 'ਚੋਂ ਕਾਫੀ ਰਿਪੀਟ ਹੋਏ, ਉਹਦੇ ਲਈ ਕਰਕੇ ਮੇਰੇ 78 ਸਕੋਰ ਆ ਗਏ। ਅਤੇ ਜਿਹੜੇ ਬੱਚੇ ਪੀਟੀ ਦਾ ਐਗਜ਼ਾਮ ਦੇਣ ਲਈ ਸੋਚ ਰਹੇ ਨੇ, ਮੈਂ ਉਹਨਾਂ ਨੂੰ ਇਹੀ ਰੈਕਮੈਂਡ ਕਰੂੰਗਾ ਵੀ ਮੇਨ ਟੋਪਿਕਸ 'ਤੇ ਜ਼ਿਆਦਾ ਫੋਕਸ ਕੀਤਾ ਜਾਵੇ, ਜਿਹੜੇ ਜਿਹੜੇ ਟੋਪਿਕਸ ਦੀ ਵੇਟੇਜ ਜ਼ਿਆਦਾ ਆ ਉਹਨਾਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇ, ਕਲਾਸ ਵਰਕ ਨੂੰ ਪ੍ਰੋਪਰਲੀ ਕੀਤਾ ਜਾਵੇ, ਕਿਉਂਕਿ ਕਲਾਸ ਵਰਕ ਜੋ ਆਪਾਂ ਕਰਦੇ ਹਾਂ ਉਹਦੇ 'ਚੋਂ ਪੇਪਰ 'ਚ ਬਹੁਤ ਜ਼ਿਆਦਾ ਕੁਸ਼ਚਨਸ ਰਿਪੀਟ ਹੁੰਦੇ ਨੇ। ਅਤੇ ਬਸ ਕਵਰ ਨਰਵਸ ਹੋਣ ਦੀ ਲੋੜ ਨਹੀਂ ਆ, ਕਿਉਂਕਿ ਐਗਜ਼ਾਮ ਬਹੁਤ ਸੌਖਾ ਹੁੰਦਾ ਜੇ ਆਪਾਂ ਵਧੀਆ ਤਿਆਰੀ ਕਰਾਂਗੇ, ਜੋ ਕਿ ਵੀਜ਼ਾ ਵੇਵਸ ਨੇ ਮੈਨੂੰ ਬਹੁਤ ਵਧੀਆ ਕਰਾਈ ਅਤੇ ਮੇਰੇ ਡਿਜ਼ਾਇਰੇਬਲ ਸਕੋਰਸ ਮੇਰੇ 1 ਵੀਕ 'ਚ ਹੀ ਆ ਗਏ ਨੇ। ਮੈਂ ਥੈਂਕ ਯੂ ਕਰਦਾ ਹਾਂ ਵੀਜ਼ਾ ਵੇਵਸ ਨੂੰ। ਸੋ ਤੁਸੀਂ ਵੀ ਵੀਜ਼ਾ ਵੇਵ ਵਿਜ਼ਿਟ ਕਰੋ ਅਤੇ ਆਪਣੇ ਡਿਜ਼ਾਇਰੇਬਲ ਸਕੋਰ ਲਿਆਓ।